ਨਮਸਕਾਰ ਖਬਰਾਂ ਦੇ ਇਸ ਬਲੋਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਨ ਸ਼ੰਕਰ ਪਹਿਲਾ ਪੇਸ਼ ਨੇ ਚੌਨਵੀਂ ਖਬਰਾਂ ਪ੍ਰਧਾਨ ਮੰਤਰੀ ਨરેન્દ્ર મોદી ਨੇ ਰਾਜਸਥਾਨ ਦੇ 201 ਦਿੱਲੀ ਮੁੰਬਈ ਐਕਸਪ੍ਰੈਸ ਵੇ ਦਾ ਦਿੱਲੀ 201 ਲਾਲ ਸੋ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ ਪ੍ਰਧਾਨ ਮੰਤਰੀ ਵੱਲੋਂ ਮਹਾਰਿਸ਼ੀ ਦਿਆਨੰਦ ਸਰਸਵਤੀ ਦੀ 200ਵੀਂ ਜਨਮ ਦਿਤੀ ਸੰਬੰਧੀ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਤੁਰਕੀਏ ਤੇ ਸੀਰੀਆ ਵੇਰ ਪੁਚਾਲ ਕਰਨ ਮੰਨ ਵਾਲਿਆਂ ਦੀ ਗਿਣਤੀ 28000 ਤੋਂ ਪਾਰ ਆਪਰੇਸ਼ਨ ਦੋਸਤ ਹੇਟ ਕਈ ਟਨ ਰਾਹਤ ਸਮਗਰੀ ਨਾਲ 7ਵੀਂ ਉਡਾਨ ਸੀਰੀਆ ਪੁੱਜੀ ਪੰਜਾਬ ਦੇ 6116 ਕਿਸਾਨਾਂ ਨੇ ਇਸ ਵਾਰੇ ਐਡਵਾਂਸ ਡੇਰੀ ਸਿਕਲਾਈ ਪ੍ਰੋਗਰਾਮ ਹੇਟ ਸਿਕਲਾਈ ਲਈ ICC ਮੈਲਾ T20 ਵਿਸ਼ਵ ਕੱਪ ਵਿੱਚ ਭਾਰਤ ਦਾ ਟੱਕਰਾ ਪਾਕਿਸਤਾਨ ਨਾਲ ਜਾਰੀ ਤੌਹਜਤ ਕੇ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉਤਰੀ तेहोन काबरां विस्तार ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਦੋਸਾ ਵਿੱਚ ਦਿੱਲੀ ਮੁੰਬਈ ਐਕਸਪ੍ਰੈਸ ਵੇ ਦਾ ਦਿੱਲੀ ਦੋਸਾ ਲਾਲ ਸੋ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ 247 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਕ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਨੂੰ 18100 ਕਰੋੜ ਤੋਂ ਵੱਧ ਦੀ ਲਾਗਤ ਵਾਲੀਆਂ ਯੋਜਨਾਵਾਂ ਦਾ ਤੋਹਫ਼ਾ ਵੀ ਦਿੱਤਾ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਅਜਿਹੇ ਆਧੁਨਿਕ ਸੜਕਾਂ ਰੇਲਵੇ ਸਟੇਸ਼ਨ ਰੇਲਵੇ ਟਰੈਕ ਮੈਟਰੋ ਤੇ ਹਵਾਈ ਅੱਡੇ ਬੰਦਦੇ ਨੇ ਤਾਂ ਦੇਸ਼ ਦੀ ਤਰੱਕੀ ਨੂੰ ਵੀ ਨਵੀਂ ਰਫਤਾਰ ਮਿਲਦੀ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਜਿੰਨਾ ਵੱਧ ਬੁਨਿਆਦੀ ਢਾਂਚੇ ਤੇ ਨਿਵੇਸ਼ ਹੁੰਦਾ ਏ ਉਨਾਂ ਹੀ ਰੋਜ਼ਗਾਰ ਮਿਲਦਾ ਏ ਭਾਈਓ ਤੇ ਬਹਨੋ ਜਦੋਂ ਐਸੀ ਆਧੁਨਿਕ ਸੜਕੇ ਬਣਤੀ ਹੈ ਆਧੁਨਿਕ ਰੇਲਵੇ ਸਟੇਸ਼ਨ रेलवे ट्रैक मेट्रो एयरपोर्ट बनते हैं तो देश की प्रगति को गति मिलती है दुनिया में ऐसे अनेक अध्ययन है जो बताते हैं कि इंफ्रास्ट्रक्चर पर लगाई गई राशि जमीन पर कई गुना ज्यादा असर दिखाती है ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਸਮਾਜਿਕ, ਆਰਥਿਕ ਅਤੇ ਸਿੱਖਿਆ ਦੇ ਖੇਤਰ ਵਿੱਚ ਪਛੜੇ ਹੋਏ ਖੇਤਰਾਂ ਨੂੰ ਵਿਸ਼ੇਸ਼ ਤਰਜੀਹ ਮਿਲਣੀ ਚਾਹੀਦੀ ਹੈ ਜਿਨ੍ਹਾਂ ਨਾਲ ਸੰਬੰਧਿਤ 500 ਪਲਾਕਾਂ ਦੀ ਪੇਸ਼ਾਨ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਰਾਜਮਾਰਗ ਇਹਨਾਂ ਇਲਾਕਿਆਂ ਲਈ ਇੱਕ ਗ੍ਰੋਥ ਇੰਜਣ ਦੇ ਤੌਰ ਤੇ ਕੰਮ ਕਰੇਗਾ ਅਤੇ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੇ ਬੁਨਿਆਦੀ ਢਾਂਚੇ ਦੇ ਤੌਰ ਤੇ ਵਿਕਾਸ ਦੇ ਮਕਸਦ ਨੂੰ ਵੀ ਹਾਲ ਕਰੇਗਾ। ਦਿੱਲੀ-ਲਾਲਸੋ ਸੈਕਸ਼ਨ ਦੇ ਬਣਨ ਨਾਲ ਜੈਪੁਰ ਅਤੇ ਦਿੱਲੀ ਵਿਚਾਲੇ ਯਾਤਰਾ ਸਮਾਂ 5 ਘੰਟਿਆਂ ਤੋਂ ਘੱਟ ਕੇ ਤਕਰੀਬਨ ਸਾਢੇ 3 ਘੰਟੇ ਹੋ ਜਾਵੇਗਾ ਅਤੇ ਇਸ ਨਾਲ ਸਮੁੱਚੇ ਖੇਤਰ ਨੂੰ ਆਰਥਿਕ ਲਾਭ ਮਿਲੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕਨੈਕਟੀਵਿਟੀ ਦੇ ਖੇਤਰ ਵਿੱਚ ਚੁੱਕੇ ਗਏ ਵਿਸ਼ੇਸ਼ ਕਦਮਾਂ ਸੰਬੰਧੀ ਲਗਾਈ ਗਈ ਇੱਕ ਪ੍ਰਦਰਸ਼ਨੀ ਵੀ ਦੇਖੀ। ਪ੍ਰਧਾਨ ਮੰਤਰੀ ਨरेन्द्र મોદી ਦਿੱਲੀ ਦੇ ਇੰਤਰਾ ਗਾਂਧੀ ਸਟੇਡੀਅਮ ਵਿੱਚ ਮਹਾਰਿਸ਼ੀ ਧਿਆਨੰਦ ਸਰਸਵਤੀ ਦੀ 200ਵੀਂ ਜਨਮ ਦਿਵਸ ਸੰਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਇਸ ਦੀ ਸ਼ੁਰੂਆਤ ਕੀਤੀ। ਮਹਾਰਿਸ਼ੀ ਧਿਆਨੰਦ ਦੇ ਵਿਚਾਰਾਂ ਨੂੰ ਸਮਾਜ ਵਿੱਚ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨरेन्द्र મોદી ਨੇ ਇੱਕ ਪ੍ਰਤੀਕ ਦੇ ਤੌਰ ਤੇ ਮਸ਼ਾਲ ਪ੍ਰਦਾਨ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਧਿਆਨੰਦ ਸਰਸਵਤੀ ਨੇ ਵੇਦਾਂ ਦੀਆਂ ਸਿੱਖਿਆਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਉਹਨਾਂ ਨੇ ਕਿਹਾ ਕਿ ਮਹਾਰਿਸ਼ੀ ਧਿਆਨੰਦ ਮੈਲਾ ਸਸ਼ਕਤੀਕਰਨ ਦੇ ਪੱਕੇ ਹਮਾਇਤੀ ਸਨ ਉਹਨਾਂ ਨੇ ਕਿਹਾ ਕਿ ਧਿਆਨੰਦ ਸਰਸਵਤੀ ਨੇ ਇਹ ਗੱਲ ਉਦੋਂ ਉਠਾਈ ਜਦੋਂ ਪੱਛਮੀ ਦੇਸ਼ਾਂ ਵਿੱਚ ਵੀ ਔਰਤਾਂ ਲਈ ਬਰਾਬਰੀ ਦੂਰ ਦੀ ਗੱਲ ਸੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਧਿਆਨੰਦ ਸਰਸਵਤੀ ਨੇ ਸਮਾਜਿਕ ਨਾ ਬਰਾਬਰੀਅਤੇ ਛੂਛਾ ਦੇ ਖਿਲਾਫ ਮੁਹਿੰਮ ਚਲਾਈ ਉਹਨਾਂ ਨੇ ਕਿਹਾ ਕਿ ਅੱਜ ਤੋਂ ਇੰਨਾ ਸਮਾਂ ਪਹਿਲੇ ਅਜਿਹੇ ਅੰਦੋਲਨ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਮਹਾਰਸ਼ੀ ਨੇ महिलाओं के खिलाफ भेदभाव का खंडन किया महिला शिक्षा का अभियान शुरू किया और ये बातें डेढ़ सौ पौने दो सौ साल पहले की है आज भी कई समाज ऐसे हैं जहां बेटियों को शिक्षा और सम्मान से ਵੰਚਿਤ ਰਹਿਣੇ ਲਈ ਮਜਬੂਰ ਕਰਤੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਰਿਸ਼ੀ ਰਵਾਇਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿਰਫ ਆਸਥਾ ਤੇ ਪੂਜਾ ਪਾਠ ਤੱਕ ਹੀ ਸੀਮਿਤ ਨਹੀਂ ਰਹੀ ਬਲਕਿ ਸਾਡੇ ਸੰਤਾਂ ਮਹਾਪੁਰਖਾਂ ਨੇ ਜੀਵਨ ਦੇ ਹਰ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਮਹਾਰਿਸ਼ੀ ਦੇ ਆਨੰਦ ਦੇ ਉਪਦੇਸ਼ਾਂ ਨੂੰ ਸਾਹਮਣੇ ਰੱਖ ਕੇ ਅੱਗੇ ਵਧ ਰਿਹਾ ਹੈ ਅਤੇ ਦੇਸ਼ ਵਿੱਚ ਬਿਨਾਂ ਭੇਦ ਭਾਵ ਤੋਂ ਸਾਰਿਆਂ ਦੀ ਭਲਾਈ ਲਈ ਕੰਮ ਹੋ ਰਿਹਾ ਹੈ ਸਮਾਗਮ ਦੀ ਸ਼ੁਰੂਆਤ ਵਿੱਚ ਗੁਰੂਕੁਲ ਦੀਆਂ ਵਿਦਿਆਰਥਣਾਂ ਨੇ ਮੰਤਰ ਉਚਾਰਨ ਨਾਲ ਲੋਕਾਂ ਨੂੰ ਮੰਤਰ ਮੁਕਤ ਕਰ ਦਿੱਤਾ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਿਸ਼ੀ ਦੇਯਾਨੰਦ ਸਰਸਵਤੀ ਜਯੰਤੀ ਤੇ ਆਰਐਸਐਸ ਸਮਾਜ ਵੱਲੋਂ ਕਰਵਾਏ ਗਏ ਇੱਕ ਯੱਗ ਵਿੱਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਦ ਦੇ ਨਾਲ ਯੱਗ ਵਿੱਚ ਆਹੂਤੀ ਅਰਪਣ ਕੀਤੀ ਇਸ ਮੌਕੇ ਦੇ ਪ੍ਰਧਾਨ ਮੰਤਰੀ ਮੋਦੀ ਨੇ ਆਰਿਆ ਸਮਾਜ ਵੱਲੋਂ ਆਯੋਜਿਤ ਵੱਖ-ਵੱਖ ਪੇਸ਼ਕਾਰੀਆਂ ਦੇਖੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉੱਤਰ ਪ੍ਰਦੇਸ਼ ਦੇ ਗਲੋਬਲ ਇਨਵੈਸਟਰ ਸਮਾਗਮ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਵੱਡੀ ਅਰਥਵਿਵਸਥਾ ਬਣਨ ਦੇ ਰਾਹ ਤੇ ਹੈ ਅਤੇ ਇਸ ਦਾ ਲਾਭ ਕਿਸਾਨਾਂ, ਗਰੀਬਾਂ ਤੇ ਕਿਰਤੀਆਂ ਨੂੰ ਮਿਲੇਗਾ। ਉਹਨਾਂ ਕਿਹਾ ਕਿ ਸਪ੍ਰਿਸ਼ੀ ਦੇ ਨਾਂ ਤੇ ਕੇਂਦਰੀ ਬਜਟ ਨੂੰ ਕਈ ਖੇਤਰਾਂ ਵਿੱਚ ਵੰਡਿਆ ਗਿਆ ਹੈ। ਮੁਝੇ ਇਹ ਦੇਖ ਕੇ ਖੁਸ਼ਹਾਲਤਾ ਹੋ ਰਹੀ ਹੈ ਕਿ ਕੇਂਦਰੀ ਬਜਟ ਕੀ ਇਹਨਾਂ ਸਤੋਂ ਪ੍ਰਾਥਮਿਕਤਾ ਸੇ ਜੁੜੀ ਵਿਸ਼ਿਆਂ 'ਤੇ ਇਸ यूपी ग्लोबल इन्वेस्टर समिट में विचार विमर्श हुआ है और निवेश का मार्ग प्रशस्त हुआ है मुझे पूरा विश्वास है कि देश के विकास के अमृत काल में उत्तर प्रदेश का योगदान अत्यंत महत्वपूर्ण होगा इस मौके केंद्र मंत्री अनुराग ठाकुर ने अपने संबोधन में कहा कि आज उत्तर प्रदेश खेड़ के क्षेत्र में देश का नाम रोशन कर रहा है और यह ते तेजी नाल स्पोर्ट्स हब बनता जा रहा है अपने राज्य के खिलाड़ियों को तो सम्मानित करने का काम हर राज्य करता होगा लेकिन उत्तर प्रदेश ने देश के सभी राज्य के खिलाड़ियों को जिन्होंने ओलंपिक्स पैरालंपिक्स में मेडल जीते उनको सम्मानित करने का काम किया इसके लिए उत्तर प्रदेश की सरकार को मैं बहुत बहुत धन्यवाद देना चाहता हूँ ਤੁਰਕੀ ਅਤੇ ਸੀਰੀਆ ਵਿਚ ਪੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 28000 ਨੂੰ ਪਾਰ ਕਰ ਗਈ ਹੈ। ਬੀਤੇ ਦਿਨੀ ਜ਼ਬਰਦਸਤ ਪੁਚਾਲ ਤੋਂ ਬਾਅਦ ਦੱਖਣੀ ਤੁਰਕੀ ਵਿੱਚ ਅਸ਼ਾਂਤੀ ਨੇ ਬਚਾਅ ਕਾਰਜਾਂ ਵਿੱਚ ਵਿਘਨ ਪਾਇਆ। ਹੁਣ ਹੋਰ ਬਚੇ ਲੋਕਾਂ ਨੂੰ ਲੱਭਣ ਦੀ ਉਮੀਦ ਘਟਦੀ ਜਾ ਰਹੀ ਹੈ। ਜਰਮਨ ਬਚਾਅ ਕਰਮੀਆਂ ਅਤੇ ਆਸਟ੍ਰੇਲੀਆ ਦੀ ਫੌਜ ਨੇ ਕੱਲ ਅਣਪਛਾਤੇ ਹਥਿਆਰਬੰਦ ਸਮੂਹਾਂ ਵਿਚਕਾਰ ਝੜਪਾਂ ਕਾਰਨ ਖੋਜ ਕਾਰਜਾਂ ਨੂੰ ਰੋਕ ਦਿੱਤਾ। ਸਾਨਕ ਮੀਡੀਆ ਨੇ ਦੱਸਿਆ ਕਿ ਲੁੱਟੇ ਦੇ ਦੋਸ਼ ਵਿੱਚ ਲਗਭਗ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਕਈ ਬੰਦੂਕਾਂ ਜ਼ਬਤ ਕੀਤੀਆਂ ਗਈਆਂ ਨੇ। ਤੁਰਕੀਏ ਤੇ ਸੀਰੀਆ ਦੇ ਪੁਚਾਲਪੀੜੇ ਤੇ ਇਲਾਕਿਆਂ 'ਚ ਸਹਾਇਤਾ ਲਈ ਭਾਰਤ ਸਰਕਾਰ ਦੇ ਆਪਰੇਸ਼ਨ ਦੋਸਤ ਦੇ ਤਹਿਤ ਅੱਜ 7ਵੀਂ ਉਡਾਨ 23 ਟਨ ਤੋਂ ਵੱਧ ਰਾਹਤ ਸਮਗਰੀ ਲੈ ਕੇ ਸੀਰੀਆ ਪਹੁੰਚੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਰਾਹਤ ਸਮਗਰੀ 'ਚ ਜਨਰੇਟਰ, ਸੋਲਰ ਲੈਂਪ, ਦਵਾਈਆਂ ਅਤੇ ਹੋਰ ਰਾਹਤ ਸਮਗਰੀ ਸ਼ਾਮਲ ਹੈ। ਰਾਹਤ ਸਮਗਰੀ ਦਮਿਸ਼ਕ ਖਵਾਈ ਅੱਡੇ ਤੇ ਸਥਾਨਕ ਪ੍ਰਸ਼ਾਸਨ ਅਤੇ ਸੀਰੀਆ ਦੇ ਵਾਤਾਵਰਣ ਮਾਮਲਿਆਂ ਬਾਰੇ ਉਪ ਮੰਤਰੀ ਦੇ ਹਵਾਲੇ ਕੀਤੀ ਗਈ। ਪੰਜਾਬ ਦੇ ਡੇਅਰੀ ਵਿਭਾਗ ਵੱਲੋਂ ਕਰਵਾਏ ਜਾਂਦੇ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ ਹੇਠ ਇਸ ਵਰੇ ਹੁਣ ਤੱਕ 6116 ਕਿਸਾਨਾਂ ਨੇ ਐਡਵਾਂਸ ਡੇਅਰੀ ਫਾਰਮਿੰਗ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਪਸ਼ੂ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਚੰਡੀਗੜ੍ਹ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਨੌ ਡੇਰੀ ਸਿਖਲਾਈ ਅਤੇ ਵਿਸਥਾਰ ਕੇਂਦਰਾਂ ਰਾਹੀਂ ਪਿੰਡੂ ਨੌਜਵਾਨਾਂ ਨੂੰ ਡੇਰੀ ਕਿੱਤੇ ਰਾਹੀਂ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ 4 ਹਫ਼ਤੇ ਦਾ ਡੇਰੀ ਉਦਮ ਸਿਖਲਾਈ ਪ੍ਰੋਗਰਾਮ 20 ਫਰਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਡੇਰੀ ਫਾਰਮਰਾਂ ਨੂੰ ਕੁਸ਼ਲ ਡੇਰੀ ਪ੍ਰਬੰਧਕ ਬਣਾਉਣ ਲਈ ਇਹ ਪ੍ਰੋਗਰਾਮ ਚਤਾਮਲੀ, ਗੇਲ, ਫਗਵਾੜਾ ਅਬੂਲ ਖੁਰਾਣਾ ਪੇਰਕਾ ਤਰਨਤਾਰਨ ਸਰਦੂਲਗੜ ਅਤੇ ਸੰਗਰੂਰ ਸਥਿਤ ਡੇਰੀ ਸਿਖਲਾਈ ਅਤੇ ਵਿਸਥਾਰ ਕੇਂਦਰਾਂ ਵਿੱਚ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਮੌਜੂਦਾ ਡੇਰੀ ਫਾਰਮਿੰਗ ਨੂੰ ਸਮੇਂ ਦੀ ਹਾਨੀ ਬਣਾ ਕੇ ਵਿਗਿਆਨਿਕ ਤਰੀਕੇ ਨਾਲ ਚਲਾਉਣ ਲਈ ਐਡਵਾਂਸ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਲਾਈ ਕੇਂਦਰਾਂ ਵਿੱਚ ਹਰ ਸਾਲ 2 ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਤਹਿਤ 6600 ਕਿਸਾਨਾਂ ਅਤੇ 4 ਹਫ਼ਤੇ ਦੇ ਪ੍ਰੋਗਰਾਮ ਤਹਿਤ 1000 ਕਿਸਾਨਾਂ ਨੂੰ ਐਡਵਾਂਸ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਜਾਂਦਾ ਹੈ ਅਤੇ ਹੁਣ ਤੱਕ ਦੋਹਾਂ ਪ੍ਰੋਗਰਾਮਾਂ ਦੇ 21 ਬੈਚ ਲਗਾਏ ਜਾ ਚੁੱਕੇ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਦਾ ਵਿਸ਼ਵ ਪੱਧਰੀ ਵਿਕਾਸ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਪਠਾਨਕੋਟ ਸਿਟੀ ਅਤੇ ਪਠਾਨਕੋਟ ਰੇਲਵੇ ਸਟੇਸ਼ਨ ਵੀ ਸ਼ਾਮਲ ਨੇ ਪਠਾਨਕੋਟ ਜ਼ਿਲ੍ਹਾ ਪਾਟਪਾ ਇਕਾਈ ਵੱਲੋਂ ਇੱਕ ਪੱਤਰਕਾਰ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਲਈ ਧੰਨਵਾਦ ਕੀਤਾ ਗਿਆ ਪਾਟਪਾ ਦੇ ਜ਼ਿਲ੍ਹਾ ਪ੍ਰਧਾਨ ਗਿਦੇਸ਼ ਸ਼ਰਮਾ ਨੇ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਲੋਕਪਕੀ ਹੈ ਜਿਸ ਵਿੱਚ ਸਮਾਜ ਦੇ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਸਹੂਲਤਾਂ ਮੁਹੱਈਆ ਕਰਵਾਉਣ ਤੇ ਜ਼ੋਰ ਦਿੱਤਾ ਗਿਆ ਹੈ ਆਦਰਯੋਗ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦਾ ਰੇਲਵੇ ਮੰਤਰੀ ਅਸ਼wini ਵੈਸ਼ਨਵ ਜੀ ਦਾ ਔਰ ਆਪਣੇ ਪਠਾਨਕੋਟ ਦੇ ਪੰਜਾਬ ਦੇ ਪ੍ਰਧਾਨ ਔਰ ਪਠਾਨਕੋਟ ਦੇ ਵਿਧਾਇਕ अशिन शर्मा जी ਦਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਪਠਾਨਕੋਟ ਦੇ ਦੋਨੇ ਹੀ ਰੇਲਵੇ ਸਟੇਸ਼ਨਾਂ ਨੂੰ ਇਸ ਭਾਰਤ ਸਰਕਾਰ ਦਾ ਜੋ ਬਜਟ ਪੇਸ਼ ਹੋਇਆ ਉਸ ਦੇ ਵਿੱਚ ਲਿਆ ਔਰ ਉਹਨੂੰ ਵਰਲਡ ਲੈਵਲ ਤੇ ਅਪਗ੍ਰੇਡ ਹੋਣ ਜਾ ਰਿਹਾ ਹੈ ਇਸ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਸਿਹਤ ਵਿਭਾਗ ਵੱਲੋਂ ਸੰਗਰੂਰ ਵਿੱਚ 13 ਫਰਵਰੀ ਤੋਂ 17 ਫਰਵਰੀ ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਪਰਮਿੰਦਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ 5 ਸਾਲ ਤੱਕ ਦੇ ਬੱਚਿਆਂ ਦਾ 100% ਦੀ ਟੀਕਾਕਰਨ ਯਕੀਨੀ ਬਣਾਉਣਾ ਹੈ ਤੇ ਇਸ ਮੁਹਿੰਮ ਦੌਰਾਨ ਟੀਕਾਕਰਨ ਤੋਂ ਵਾਂਝੇ ਰਹਿ ਗਏ 5 ਸਾਲ ਦੇ ਬੱਚਿਆਂ ਦੀ ਪਛਾਣ ਕੀਤੀ ਜਾਏਗੀ ਤਾਂ ਜੋ ਉਹਨਾਂ ਦਾ ਮੁਕੰਮਲ ਟੀਕਾਕਰਨ ਕੀਤਾ ਜਾ ਸਕੇ ਇਸ ਮੌਕੇ ਜ਼ਿਲ੍ਹੇ ਟੀਕਾ ਕਰਨ ਅਧਿਕਾਰੀ ਡਾਕਟਰ ਅੰਜੂ ਸਿੰਘਲਾ ਨੇ ਦੱਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਮਹਿੰਮ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਵੇਗਾ। ਅਕੋਤੀ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਲੀਬੀਆ ਵਿੱਚ ਫਸੇ 12 ਭਾਰਤੀਆਂ ਵਿੱਚੋਂ 4 ਵਤਨ ਪਰਤ ਆਏ ਨੇ। ਇਹਨਾਂ ਵਿੱਚੋਂ ਇੱਕ ਨੌਜਵਾਨ ਬਿਹਾਰ ਤੋਂ ਅਤੇ ਇੱਕ ਕਪੂਰਥਲਾ, ਮੋਗਾ ਅਤੇ ਆਨੰਦਪੁਰ ਸਾਹਿਬ ਤੋਂ ਹੈ। ਪੰਜਾਬ ਦੇ ਤਿੰਨ ਨੌਜਵਾਨਾਂ ਦਾ ਵਾਪਸ ਪੁੱਜਣ ਤੇ ਰੋਪੜ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ ਦੇ ਦਫ਼ਤਰ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਲਾਲਪੁਰਾ ਨੇ ਦੱਸਿਆ ਕਿ ਬਾਕੀ 8 ਨੌਜਵਾਨਾਂ ਨੂੰ ਵੀ ਭਾਰਤ ਸਰਕਾਰ ਦੇ ਯਤਨਾਂ ਨਾਲ ਜਲਦ ਹੀ ਵਾਪਸ ਲਿਆਂਦਾ ਜਾ ਰਿਹਾ ਏ। ਉਹਨਾਂ ਉਮੀਦ ਜਤਾਈ ਕਿ 10 ਦਿਨਾਂ ਦੇ ਵਿੱਚ ਵਿੱਚ ਉਹ ਭਾਰਤ ਪਰਤ ਆਉਣਗੇ। ਜੀ ਕੀਤੀ ਹੈ ਵੀ ਤੁਸੀਂ ਜਿਹੜਾ ਹੈਗਾ ਬਾਕੀ ਜਿਹੜੇ ਰਹਿੰਦੇ ਸਾਡੇ ਨੌਜਵਾਨ ਨੇ ਉਹਨਾਂ ਲਈ ਵੀ ਐਫਰਟ ਕਰੋਗੇ ਛੇਤੀ ਤੋਂ ਛੇਤੀ ਉਹ ਜਿਹੜੇ ਨੌਜਵਾਨ ਵਾਪਸ ਆ ਸਕਣ। ਤੇ ਫਿਰ ਉਹਨਾਂ ਨੇ ਉਸ ਵੇਲੇ ਉੱਥੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਦੇ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਅਫਸਰ ਸਹਿਬਾਨਾਂ ਨੇ ਆਸ਼ਵਾਸਨ ਦਵਾਇਆ ਕਿ ਅਗਲੇ 10-12 ਦਿਨਾਂ ਦੇ ਵਿੱਚ ਜਿਹੜੇ ਬਾਕੀ ਭਾਰਤੀ ਹੈ ਉਹ ਵੀ ਜਿਹੜਾ ਹੈਗਾ ਸੁਰੱਖਿਤ ਜਿਹੜਾ ਹੈਗਾ ਆਪਣੇ ਦੇਸ਼ ਪਰਤਣਗੇ ਵਿਦੇਸ਼ ਤੋਂ ਪਰਤੇ ਆਨੰਦਪੁਰ ਸਾਹਿਬ ਦੇ ਪਿੰਡ ਲੰਗਬਜ਼ਾਰੀ ਤੋਂ ਲਖਵਿੰਦਰ ਸਿੰਘ ਕਪੂਰਥਲਾ ਦੇ ਪਿੰਡ ਨੌਰਪੁਰ ਰਾਜਪੂਤਾਂ ਦੇ ਗੁਰਪ੍ਰੀਤ ਸਿੰਘ ਅਤੇ ਮੋਗਾ ਦੇ ਪਿੰਡ ਫਤਿਹਗੜ ਤੋਂ ਜੋਗਿੰਦਰ ਸਿੰਘ ਨੇ ਕੇਂਦਰ ਸਰਕਾਰ ਵਿਦੇਸ਼ ਮੰਤਰਾਲਾ ਅਤੇ ਭਾਰਤੀ ਘਾਟ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੂਰਾ ਦਾ ਉਹਨਾਂ ਦੀ ਵਾਪਸੀ ਵਿੱਚ ਮਦਦ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਉਹ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਲੀਬੀਆ ਵਿੱਚ ਬਹੁਤ ਬੁਰੇ ਹਾਲਾਤ ਵਿੱਚ ਫਸ ਗਏ ਸਨ ਪਰ ਭਾਰਤ ਸਰਕਾਰ ਨੇ ਉਹਨਾਂ ਨੂੰ ਸੁਰੱਖਿਅਤ ਵਾਪਸ ਘਰ ਪਹੁੰਚਾ ਦਿੱਤਾ ਹੈ ਜਿਸ ਲਈ ਉਹ ਧੰਨਵਾਦੀ ਨੇ। ਪਾਜੀ ਹੁਣਾਂ ਦਾ ਜਦੋਂ ਸਾਨੂੰ ਫੋਨ ਗਿਆ ਨਾ ਪਹਿਲੀ ਵਾਰ ਮੈਂ ਸੋਚਿਆ ਵੀ ਯਾਰ ਇੱਕ ਮੰਤਰੀ ਡਾਇਰੈਕਟ ਫੋਨ ਜਨਤਾ ਨੂੰ ਕਰੇ ਤੇ ਜਦੋਂ ਇਹਨਾਂ ਨੇ ਗੱਲ ਕੀਤੀ ਵੀ ਅਸੀਂ ਮੁੱਖ ਆਪਣੇ ਉਹਦੇ ਦਾ ਮੰਤਰੀ ਆ ਮੈਂ ਹਰਾਣ ਹੋ ਗਿਆ ਮੈਂ ਕਿਹਾ ਯਾਰ ਇੱਕ ਆਮ ਬੰਦਾ ਤੇ ਚਲੋ ਸਾਡੀ ਬਾਣੀ ਫੜਦਾ ਮੰਤਰੀ ਸਾਹਿਬ ਨੇ ਸਿੱਧੀ ਗੱਲ ਕੀਤੀ ਪਰ ਕੀਤੀ ਇਸੇ ਦੇ ਅਜਨਾਂ ਪਾਜੀ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਮਗਰ ਕਿਉਂਕਿ ਉੱਥੇ ਸਾਡੀ ਇੱਕ ਸੋਚ ਬਦਲ ਗਈ ਵੀ ਅਸੀਂ ਫਾਹ ਲੱਲਣਾ ਜਾਂ ਕਰੈਕਟਰ ਨਾਲ ਲੱਗ ਜਾਣਾ ਹੋਰ ਤੇ ਸਾਨੂੰ ਕੋਈ ਦੇ ਦਾਨ ਤੇ ਫਿਰ ਇਹਨਾਂ ਨੇ ਸਾਨੂੰ ਮਦਦ ਵੀ ਰੋ ਗਿਆ ਤੁਹਾਡੀ ਬਾਣੀ ਫੜਦੇ ਅਸੀਂ ਤੁਹਾਨੂੰ ਵਾਪਸ ਲੈ ਕੇ ਆਉਂਗਾ ਤਾਂ ਹੀ ਤਾਂ तहे ਦਿਲੋਂ ਧੰਨਵਾਦ ਕਰਦੇ ਇਹਨਾਂ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਮੰਡੀ ਗੋਬਿੰਦਗੜ ਪੁਲਿਸ ਨੇ ਰਾਹੀਰਾਂ ਤੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 8 ਮੈਂਬਰੀ ਗਰੋਹ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹਮਲੋ ਦੇ ਟੀਐਸਪੀ ਜੰਗਜੀਤ ਸਿੰਘ ਰੰਦਾਵਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕਰਕੇ ਇਸ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਮਾਰੂ ਹਥਿਆਰ, 22 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਅਤੇ ਕਾਰ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਕੋਲੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਮਗਰੋਂ ਹੋਰ ਵਾਰਦਾਤਾਂ ਦੇ ਸੁਰਾਗ ਲੱਭਣ ਦੀ ਵੀ ਸੰਭਾਵਨਾ ਹੈ। ICC ਮੈਲਾ T20 ਵਿਸ਼ੇਬ ਕੱਪ ਵਿੱਚ ਅੱਜ ਭਾਰਤ ਦਾ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋ ਰਿਹਾ ਹੈ। ਗਰੁੱਪ B ਦਾ ਇਹ ਚੌਥਾ ਮੈਚ ਕੇਪ टाउन ਦੇ ਨਿਊ ਲੈਂਡਸ ਵਿੱਚ ਖੇਡਿਆ ਜਾ ਰਿਹਾ ਹੈ। ਤੌਜਿਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਮੈਲਾ ਕ੍ਰਿਕਟ ਟੀਮ ਦੀ ਕਮਾਨ ਹਰਮਨ ਪੀਰ ਕੋਰ ਵੱਲੋਂ ਜਦਕਿ ਪਾਕਿਸਤਾਨ ਦੀ ਟੀਮ ਦੀ ਕਪਤਾਨੀ ਬਿਸਮਾ ਮਾਰੂਫ ਵੱਲੋਂ ਸੰਭਾਲੀ ਜਾ ਰਹੀ ਹੈ। ਇਸ ਵਿਸ਼ੇਬ ਕੱਪ ਵਿੱਚ ਦੋਹਾਂ ਹੀ ਟੀਮਾਂ ਦਾ ਇਹ ਪਹਿਲਾ ਮੈਚ ਹੈ। ਆਖਰੀ ਖਬਰਾਂ ਲਿਖੇ ਜਾਣ ਤੱਕ ਪਾਕਿਸਤਾਨ ਨੇ 2 ਓਵਰਾਂ ਵਿੱਚ 1 ਵਿਕਟ ਗਵਾ ਕੇ 11 ਦੌੜਾਂ ਬਣਾ ਲਈਆਂ ਨੇ ਖਬਰਾਂ ਦੇ ਬੁਲਟਨ ਸਾਡੇ ਦਰਸ਼ਕ ਆ ਰਹੇ ਨੇ YouTube DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ